ਖਬਰ ਲੈਂਦੇ ਹਾਂ ਗਿੱਦੜਵਾਹਾ ਤੋਂ। ਪੱਤਰਕਾਰ ਰਾਜ ਕੁਮਾਰ ਦਾ ਪਿਛਲੇ ਦਿਨੀ ਉਨ੍ਹਾਂ ਦੇ ਨਿਵਾਸ ਸਥਾਨ ਤੇ ਦੇਹਾਂਤ ਹੋ ਗਿਆ। ਸਵਰਗੀ ਰਾਜ ਕੁਮਾਰ ਜਿੰਦਲ ਦੀ ਇੱਛਾ ਸੀਗੀ ਕਿ ਮ੍ਰਿਤਕ ਸਰੀਰ ਨੂੰ ਮੈਡੀਕਲ ਦੇ ਸਟੂਡੈਂਟਸ ਲਈ ਦਿੱਤਾ ਜਾਵੇ ਔਰ ਪਰਿਵਾਰਕ ਮੈਂਬਰਾਂ ਵੱਲੋਂ ਬਾਕਾਇਦਾ ਤੌਰ ਤੇ ਜੋਤੀ ਆਯੁਰਵੈਦਿਕ ਮੈਡੀਕਲ ਕਾਲਜ ਏਵਮ ਹਸਪਤਾਲ ਅਲੀਗੜ੍ਹ ਉੱਤਰ ਪ੍ਰਦੇਸ਼ ਨੂੰ ਡੋਨੇਟ ਕਰ ਦਿੱਤਾ ਗਿਆ ਹੈ। ਕਰੀਬ 30 ਸਾਲ ਤੱਕ ਡੇਰਾ ਸੱਚਾ ਸੌਦਾ ਦੇ ਅਨੁਆਈ ਰਹੇ। ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਇਹ ਲਿਖ ਕੇ ਦੇ ਦਿੱਤਾ ਸੀ ਕਿ ਮੇਰਾ ਸਰੀਰ ਰਾਖ ਨਾ ਕੀਤਾ ਜਾਵੇ ਬਲਕਿ ਮੈਡੀਕਲ ਸਟੂਡੈਂਟਸ ਨੂੰ ਦਿੱਤਾ ਜਾਵੇ। ਜੇਕਰ ਸਵਰਗੀ ਰਾਜ ਕੁਮਾਰ ਜਿੰਦਲ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਬਹੁਤ ਹੀ ਧਾਰਮਿਕ ਪ੍ਰਵਿਤੀ ਦੇ ਮਾਲਕ ਸਨ। ਉਹਨਾਂ ਨੇ ਕਿਹਾ ਸੀ ਕਿ ਮੌਤ ਤੋਂ ਬਾਅਦ ਸਰੀਰ ਰਾਖ ਹੋ ਜਾਂਦਾ ਹੈ ਔਰ ਜੇਕਰ ਇਸ ਸਰੀਰ ਤੋਂ ਮੌਤ ਤੋਂ ਬਾਅਦ ਵੀ ਕੰਮ ਲਿਆ ਜਾ ਸਕੇ ਤਾਂ ਸ਼ਾਇਦ ਉਸ ਨਾਲ ਦਾ ਕੋਈ ਜੀਵਨ ਨਹੀਂ ਹੋ ਸਕੇਗਾ। ਉਹਨਾਂ ਨੇ ਕਿਹਾ ਕਿ ਮੌਤ ਤੋਂ ਬਾਅਦ ਮੇਰੇ ਸਰੀਰ ਨੂੰ ਮੈਡੀਕਲ ਸਟੂਡੈਂਟਸ ਦੀ ਸਰਚ ਵਾਸਤੇ ਦਿੱਤਾ ਜਾਵੇ ਤਾਂ ਕਿ ਉਹ ਮੇਰੇ ਸਰੀਰ ਦੇ ਅਲੱਗ ਅਲੱਗ ਹਿੱਸਿਆਂ ਦੀ ਸਰਚ ਕਰਨ ਤੋਂ ਬਾਅਦ ਆਪਣਾ ਫਿਊਚਰ ਵਧੀਆ ਤਰੀਕੇ ਨਾਲ ਬਣਾ ਸਕਣ। ਰਾਜ ਕੁਮਾਰ ਦੀ ਧਰਮ ਪਤਨੀ ਸ਼੍ਰੀਮਤੀ ਆਸ਼ਾ ਜਿੰਦਲ, ਬੜੇ ਲੜਕੇ ਜਗਪ੍ਰੀਤ ਜਿੰਦਲ ਅਤੇ ਛੋਟੇ ਲੜਕੇ ਲਵਮੀਤ ਜਿੰਦਲ, ਉਹਨਾਂ ਦੇ ਸਰੀਰ ਨੂੰ ਅਲੀਗੜ੍ਹ ਲਈ ਭੇਜ ਦਿੱਤਾ ਗਿਆ ਹੈ। ਅੰਤਮ ਸਮੇਂ ਉਹਨਾਂ ਨੂੰ ਕੰਧਾ ਦਿੱਤਾ ਹੈ ਉਹਨਾਂ ਦੀ ਬੇਟੀ ਪੂਜਾ, ਭਤੀਜੀਆਂ ਮੋਨਿਕਾ, ਕਵਿਤਾ ਅਤੇ ਪੁੱਤਰ ਵਧੂ ਸੋਨਮ ਨੇ। ਰਾਜ ਕੁਮਾਰ ਜੀ ਦੀ ਡੈਥ ਹੋਈ ਹੈ, ਉਹਨਾਂ ਨੇ ਆਪਣੀ ਬਾਡੀ ਜਿਹੜੀ ਹੈ ਮੈਡੀਕਲ ਕਾਲਜ ਨੂੰ ਦਾਨ ਦਿੱਤੀ। ਇਹ ਸਮਾਜ ਦੇ ਅੰਦਰ ਬਹੁਤ ਵੱਡਾ ਪੁੰਨ ਹੈ। ਅੱਖਾਂ ਦਾਨ ਕਰ ਦੇਣੀਆਂ, ਬਾਡੀ ਦਾਨ ਕਰ ਦੀ, ਜਿਹੜੇ ਸਾਡੇ ਨਵੇਂ ਬੱਚੇ ਮੈਡੀਕਲ ਸਾਇੰਸ ਜਾ ਰਹੇ ਆ ਉਹ ਡਾਕਟਰ ਸਾਹਿਬ ਜਿਹੜੇ ਹੈ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹੈ, ਦੱਸਦੇ ਹੈ, ਉਹ ਸਾਰਾ ਉਹਨਾਂ ਨੂੰ ਪਤਾ ਲੱਗਿਆ ਵੀ ਬੰਦਾ ਕਿਸ ਬਿਮਾਰੀ ਨਾਲ ਕੀ ਤਕਲੀਫ ਹੈ, ਕਿਸ ਤਰ੍ਹਾਂ ਉਹਦੀ ਡੈਥ ਹੋਈ ਹੈ। ਔਰ ਸਮਾਜ ਦੇ ਲੋਕਾਂ ਨੂੰ ਇਸ ਗੱਲ 'ਤੇ ਅੱਗੇ ਆਉਣਾ ਚਾਹੀਦਾ ਹੈ ਵੀ ਸਾਡੀ ਬੰਦੇ ਦੀ ਡੈਥ ਹੋ ਗਈ, ਉਹ ਸ਼ੱਕ ਅਸੀਂ ਸਮਾਜਿਕ ਤੌਰ 'ਤੇ ਉਹਦਾ ਸੰਸਕਾਰ ਕਰ ਦਈਏ, ਸ਼ੱਕ ਉਸ ਦੀ ਉਮੀਦ ਦੇ ਅੰਦਰ ਦਬਾ ਦਈਏ, ਪਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਜੇ ਉਸ ਸਰੀਰ ਨੂੰ ਅਸੀਂ ਕਿਸੇ ਨੂੰ ਦਾਨ ਦਿੰਦੇ ਹਾਂ ਜਾਂ ਅੱਖਾਂ ਦਾਨ ਕਰਦੇ ਹਾਂ, ਸਮਾਜ ਨੂੰ ਉਹਦੇ ਵਿੱਚ ਬੜਾ ਭਾਰੀ ਫਾਇਦਾ ਹੋਣ ਵਿੱਚ ਹੋਣਾ। ਰਾਜ ਕੁਮਾਰ ਜਿੰਦਲ ਜੀ ਜੋ ਸਾਡੇ ਵਾਰਡ ਮੈਂਬਰ ਕੁਲਦੀਪ ਜਿੰਦਲ ਜੀ ਦੇ ਚਾਚਾ ਜੀ ਸਨ, ਜਿਹਨਾਂ ਕੱਲ੍ਹ ਸਾਡੇ ਤੋਂ ਅੰਮ੍ਰਿਤਸਰ ਕੀਤੇ ਸੀਗੇ, ਉਹਨਾਂ ਨੇ ਆਪਣਾ ਜਿਹੜੀ ਹੈਗੀ ਆ ਵਸੀਅਤ, ਜੋ ਕਿ ਇੱਕ ਤਰ੍ਹਾਂ ਦੀ ਵਸੀਅਤ ਕੀਤੀ ਸੀ ਕਿ ਮੈਂ ਆਪਣਾ ਜਿਹੜਾ ਹੈਗਾ ਸਰੀਰ ਉਹ ਆਯੁਰਵੈਦਿਕ ਕਾਲਜ ਲਈ ਅਤੇ ਖੋਜਾਂ ਲਈ ਦਾਨ ਕੀਤਾ ਕਰਨ ਦੀ ਵਸੀਅਤ ਕੀਤੀ ਸੀ। ਉਸ ਦੇ ਮੁਤਾਬਕ ਜਿਹੜਾ ਹੈਗੀ ਆ ਅੱਜ ਉਹਨਾਂ ਨੂੰ ਉਹ ਕਾਲਜ ਨੂੰ ਉਹਨਾਂ ਦੀ ਜਿਹੜੀ ਦਿੱਤਾ ਗਿਆ ਹੈ, ਤਾਂ ਮੈਂ ਸਮਝਦਾ ਕਿ ਇੱਕ ਰਾਜ ਕੁਮਾਰ ਜੀ ਦਾ ਇੱਕ ਬੜਾ ਵਧੀਆ ਇਹ ਉਪਰਾਲਾ ਸੀਗਾ ਸਮਾਜ ਲਈ, ਕਿਉਂਕਿ ਉੱਥੇ ਬੜਾ ਵਧੀਆ ਖੋਜਾਂ ਦਾ ਕੰਮ ਚੱਲੂਗਾ। ਤਾਂ ਪਹਿਲਾਂ ਕੁਛ ਲੋਕ ਜਿਹੜੇ ਹੈਗੇ ਸਿਰਫ ਅੱਖਾਂ ਜਾਂ ਕੋਈ ਅੰਗ ਹੀ ਦਾਨ ਕਰਦੇ ਸੀ, ਇਹਨਾਂ ਨੇ ਸਮੁੱਚੀ ਆਪਦੀ ਦੇਹ ਜਿਹੜਾ ਹੈਗਾ ਦਾਨ ਕੀਤਾ ਹੈ, ਉਹ ਇੱਕ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਅਤੇ ਸਮਾਜ ਲਈ ਇੱਕ ਬੜੀ ਵਧੀਆ ਸਮਾਜਿਕ ਸੇਧ ਹੈ। ਇਸ ਕਰਕੇ ਅਸੀਂ ਪਰਮਾਤਮਾ ਦੀ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਵਾਸ ਬਖਸ਼ੇ, ਪਰਿਵਾਰ ਨੂੰ ਭਾਣਾ ਬਣਨ ਦਾ ਵਾਸ ਬਖਸ਼ੇ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫਿਰ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ।
ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ। ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ, ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।